ਫ੍ਰਾਂਸ ਦੀ ਰਾਜਧਾਨੀ ਪੈरिस ਵਿੱਚ ਚੱਲ ਰਹੀਆਂ ਪੈਰਾਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਅੱਜ ਭਾਰਤ ਨੇ ਪੈਰਾਜੂਡੋ ਵਿੱਚ ਦੇਸ਼ ਲਈ ਪਹਿਲਾ ਮੈਡਲ ਜਿੱਤਿਆ 60 ਕਿਲੋ ਭਾਰ ਵਰਗ ਵਿੱਚ ਪੈਰਾਜੂਡੋ ਖਿਡਾਰੀ ਕਪਿਲ ਪਰਮਾਰ ਨੇ ਦੇਸ਼ ਲਈ ਕਾਂਸੀ ਦਾ ਤਮਗਾ ਹਾਸਲ ਕੀਤਾ ਇਹ ਪੈरिस ਪੈਰਾਓਲੰਪਿਕ ਵਿੱਚ ਭਾਰਤ ਦਾ 25ਵਾਂ ਮੈਡਲ ਹੈ